ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮਿੱਥ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਨਿਕਲ ਕੇ ਆ ਚੁੱਕੇ ਹਨ ਅਲੱਗ-ਅਲੱਗ ਵੈਕੈਂਸੀਜ਼ ਦਾ ਠੀਕ ਹੈ ਜੀ ਸਰਕਾਰੀ ਵਿਭਾਗ ਦੇ ਵਿੱਚ ਵੈਕੈਂਸੀਜ਼ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ 'ਚ ਦੇਣ ਵਾਲੇ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਚੈਨਲ ਤੇ ਆਏ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਲੇਟੈਸਟ ਰਿਕਰੂਟਮੈਂਟ ਅਪਡੇਟਸ ਦੇ ਲਈ ਜੁੜੇ ਰਹਿਣਾ ਸਾਡੇ ਨਾਲ ਹਰ ਇੱਕ ਅਪਡੇਟ ਨੂੰ ਸਭ ਤੋਂ ਪਹਿਲਾਂ ਪਾਉਣ ਦੇ ਲਈ ਲੇਟੈਸਟ ਰਿਕਰੂਟਮੈਂਟ ਹੈ ਜਿਹੜਾ ਕਿ ਆਊਟ ਕੀਤਾ ਗਿਆ ਹੈ ਜੀ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਵੈਕੈਂਸੀਜ਼ ਦੀ ਤਾਂ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਜਿਸ ਦੇ ਲਈ ਸਿੰਪਲੀ ਤੁਸੀਂ meedikarm.xyz ਨੂੰ ਜਿਹੜਾ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਵੈਕੈਂਸੀਸ ਜਿਹੜੀਆਂ ਨੇ ਪੰਜਾਬ ਕੇਂਦਰੀ ਵਿਦਿਆਲੇ ਵੱਲੋਂ ਮਤਲਬ ਜੋ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਨੋਟੀਫਿਕੇਸ਼ਨ ਜਿਹੜਾ ਸੈਂਟਰ ਯੂਨੀਵਰਸਿਟੀ ਆਫ ਪੰਜਾਬ ਵੱਲੋਂ ਆਊਟ ਕੀਤਾ ਗਿਆ ਜਿਸ ਦੇ ਵਿੱਚ ਨੌਨ ਟੀਚਿੰਗ ਦੀਆਂ ਪੋਸਟਾਂ ਨੇ ਜਿਹਦੇ ਲਈ 16 11 ਜਿਹੜੀ ਹੈ ਜੀ ਲਾਸਟ ਡੇਟ ਰਹਿਣ ਵਾਲੀ ਹੈ ਵੈਕੈਂਸੀਸ ਬਹੁਤ ਸਾਰੀਆਂ ਨੇ ਮੈਂ ਗੱਲ ਕਰਾਂ ਤਾਂ ਠੀਕ ਹੈ ਵੈਕੈਂਸੀਸ ਦੇ ਨਾਲ ਨਾਲ ਇਸ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਕੁਆਲੀਫਿਕੇਸ਼ਨ ਦੀਆਂ ਵੈਕੈਂਸੀਸ ਦੇਖਣ ਲਈ ਮਿਲਣਗੀਆਂ ਸਭ ਤੋਂ ਪਹਿਲੀ ਜਿਹੜੀ ਪੋਸਟ ਹੈ ਜੀ ਉਹ ਹੈਗੀ ਹੈ ਡਿਪਟੀ ਰਜਿਸਟਰਾਰ ਦੀ ਇਨਫੋਰਮੇਸ਼ਨ ਸਾਇੰਟਿਸਟ ਦੀ ਵੈਕੈਂਸੀ ਹੈ ਸੈਲਰੀ ਤੁਹਾਡੀ ਬਹੁਤ ਵਧੀਆ ਇੱਥੇ ਅਲੱਗ-ਅਲੱਗ ਹੈ ਤੁਸੀਂ ਦੇਖ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਹੈ ਇਸ ਦੇ ਵਿੱਚ ਸਿਕਿਉਰਿਟੀ ਆਫੀਸਰ ਪ੍ਰਾਈਵੇਟ ਸੈਕਟਰੀ ਦੀ ਠੀਕ ਹੈ ਜੀ ਪ੍ਰਾਈਵੇਟ ਸੈਕਟਰੀ ਔਨ ਡੈਪੂਟੇਸ਼ਨ ਅ ਸਟੇਟ ਆਫੀਸਰ ਦੀ ਹੈ ਸੈਕਸ਼ਨ ਆਫੀਸਰ ਦੀ ਹੈ ਨਰਸਿੰਗ ਆਫੀਸਰ ਦੀ ਹੈ ਪਰਸਨਲ ਅਸਿਸਟੈਂਟ ਦੀ ਹੈ ਹਿੰਦੀ ਟਰਾਂਸਲੇਟਰ ਦੀ ਅਸਿਸਟੈਂਟ ਦੀਆਂ ਵੈਕੈਂਸੀਸ ਨੇ ਸੀਨੀਅਰ ਟੈਕਨੀਕਲ ਅਸਿਸਟੈਂਟ ਦੀ ਹੈ ਫਾਰਮਾਸਿਸਟ ਦੀ ਹੈ ਸਟੈਟਿਕਲ ਅਸਿਸਟੈਂਟ ਅਪਰ ਡਿਵੀਜ਼ਨ ਕਲਰਕ ਮਲੋ ਕਲਰਕ ਦੀ ਹੈ ਵੈਕੈਂਸੀ ਯੂਡੀਸੀ ਦੀ ਹੈ ਲੈਬੋਰੀਟਰੀ ਅਸਿਸਟੈਂਟ ਦੀਆਂ ਵੈਕੈਂਸੀਸ ਨੇ ਠੀਕ ਹੈ ਜੀ ਕੁੱਕ ਦੀਆਂ ਵੈਕੈਂਸੀਸ ਨੇ ਡਰਾਈਵਰ ਇਹ ਵੈਕੈਂਸੀਜ਼ ਨੇ ਮਲਟੀਟਾਸਕਿੰਗ ਸਟਾਫ ਦੀਆਂ ਨੇ ਲੈਬੋਰਟਰੀ ਅਟੈਂਡੈਂਟ ਦੀਆਂ ਲੈਬੋਰਟਰੀ ਅਟੈਂਡੈਂਟ ਦੀਆਂ ਹੋਰ ਵੀ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਸੈਲਰੀ ਜਿਹੜੀ ਹੈ ਜੀ ਉਹ ਤੁਹਾਨੂੰ ਦੱਸ ਦੇਣਾ ਇੱਥੇ ਲਿਖੀ ਹੋਈ ਹੈ ਜਿਹੜੀ ਕਿ 18000 ਤੋਂ ਲੈ ਕੇ ਰਹੇਗੀ ਇਸ ਤੋਂ ਇਲਾਵਾ ਵੈਕੈਂਸੀਜ਼ ਵੀ ਹੈਗੀਆਂ ਨੇ ਜੋ ਕਿ ਸੈਮੀ ਪ੍ਰੋਫੈਸ਼ਨਲ ਅਸਿਸਟੈਂਟ ਦੀਆਂ ਨੇ ਕੰਪਿਊਟਰ ਪ੍ਰੋਗਰਾਮਰ ਦੀਆਂ ਨੇ ਤੇ ਮੇਕਅਪ ਆਰਟਿਸਟ ਦੀਆਂ ਵੈਕੈਂਸੀ ਜਿਸ ਦੇ ਵਿੱਚ 500 ਰੁਪਏ ਪਰ ਆਰ ਉਹਨਾਂ ਨੂੰ ਜਿਹੜਾ ਹੈ ਮੈਕਸਿਮਮ 3 ਆ ਜਿਹੜਾ ਪਰ ਡੇ ਉਹ ਕੰਮ ਕਰ ਸਕਦੇ ਨੇ ਤੋਂ 1500 ਰੁਪਏ ਪਰ ਮੰਥ ਉਹਨਾਂ ਦੀ ਇੱਥੇ ਜਿਹੜੀ ਹੈ ਜੀ ਉਹ ਪਰ ਮੰਥ کہہ ਰਿਹਾ ਪਰ ਡੇ ਜਿਹੜੀ ਤੁਹਾਡੀ ਉਹ ਸੈਲਰੀ ਰਹਿਣ ਵਾਲੀ ਹੈ ਇਸ ਦੇ ਵਿੱਚ ਤੁਸੀਂ ਜਿਹੜਾ ਜੀ ਅਪਲਾਈ ਆਨਲਾਈਨ ਕਰਨਾ ਹੈ ਨੋਟੀਫਿਕੇਸ਼ਨ ਦਾ ਲਿੰਕ ਮੈਂ ਦੇ ਦੇਵਾਂਗਾ ਇਸ ਦੇ ਵਿੱਚ ਵੈਕੈਂਸੀਸ ਤੁਸੀਂ ਦੇਖਦੇ 17 ਤਰ੍ਹਾਂ ਦੀਆਂ ਵੈਕੈਂਸੀਸ ਨੇ ਤੇ ਲਾਸਟ ਡੇਟ ਹਲੇ ਇਹਦੀ ਪਈ ਹੈ ਠੀਕ ਹੈ ਜੀ 17 ਤਰੀਕ ਤੋਂ ਬਾਅਦ ਇਹ ਲਿੰਕ ਓਪਨ ਹੋ ਜਾਵੇਗਾ ਇਹ ਵੈਬਸਾਈਟ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਫੁੱਲ ਫਲੈਜ ਨੋਟੀਫਿਕੇਸ਼ਨ ਜਿਹੜਾ ਹੈ ਇਸ ਵੈਬਸਾਈਟ ਤੇ ਨਹੀਂ ਪਿਆ ਹੋਇਆ ਉਹ cup.gov.in ਤੇ ਪਿਆ ਹੋਇਆ ਮੈਂ ਲਿੰਕ ਇੱਥੇ ਤੁਹਾਨੂੰ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਤੇ 16 11 ਇਹਦੀ ਲਾਸਟ ਡੇਟ ਹੈ ਕਾਫੀ ਟਾਈਮ ਪਿਆ ਤੁਸੀਂ ਆਨਲਾਈਨ ਆਰਮਨਾਲ ਅਪਲਾਈ ਇਹਦੇ ਲਈ ਕਰ ਸਕਦੇ ਹੋ ਜੀ ਪੂਰੀ ਡਿਟੇਲ ਇੱਥੇ ਮੈਂਸ਼ਨ ਕੀਤੀ ਹੋਈ ਹੈ ਨੀਚੇ ਤੁਸੀਂ ਜਾਓਗੇ ਕੁਆਲੀਫਿਕੇਸ਼ਨ ਹਰ ਇੱਕ ਚੀਜ਼ ਇੱਥੇ ਮੈਂਸ਼ਨ ਹੈ ਤੁਹਾਨੂੰ ਪੋਸਟ ਵਾਈਜ਼ ਇੱਥੇ 10ਵੀਂ 8ਵੀਂ ਠੀਕ ਹੈ ਜੀ ਪਲੱਸ 2 ਗ੍ਰੈਜੂਏਸ਼ਨ ਬੀਏ ਬੀਟੈਕ ਵਾਲੇ ਠੀਕ ਹੈ ਜੀ ਬੈਚਲਰ ਡਿਗਰੀ ਵਾਲੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਇਸ ਦੇ ਵਿੱਚ ਜਿੰਨੇ ਜਿੰਨੇ ਕੈਂਡੀਡੇਟ ਨੇ ਬੀਏਸੀ ਨਰਸਿੰਗ ਕੀਤੀ ਹੋਈ ਉਹ ਵੀ ਅਪਲਾਈ ਕਰ ਸਕਦੇ ਨੇ ਗ੍ਰੈਜੂਏਸ਼ਨ ਵਾਲੇ ਤਾਂ ਹੈ ਜਸੇ 8ਵੀਂ 10ਵੀਂ 12ਵੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਬੀਈ ਬੀਟੈਕ ਠੀਕ ਹੈ ਜੀ ਵਾਲੇ ਕੈਂਡੀਡੇਟ ਜਿਹੜੇ ਨੇ ਅਪਲਾਈ ਹੋਣਗੇ ਠੀਕ ਹੈ ਜੀ ਤੇ ਇਸ ਦੇ ਵਿੱਚ ਤੁਹਾਡਾ ਰਾਈਟਿੰਗ ਇਗਜ਼ਾਮੀਨੇਸ਼ਨ ਪਲੱਸ ਇੰਟਰਵਿਊ ਦੇ ਬੇਸਿਸ ਸੈLECTION ਹੋਣੀ ਹੈ ਜੀ ਤੁਸੀਂ ਚੈੱਕ ਕਰਕੇ ਅਪਲਾਈ ਕਰੋ ਈਵਨ ਤੁਹਾਡਾ ਯੂਡੀਸੀ ਦੇ ਲਈ ਜਿਹੜਾ ਹੈ ਜੀ ਉਹਦੇ ਲਈ ਤੁਹਾਡਾ ਸਕਿੱਲ ਟੈਸਟ ਹੋ ਸਕਦਾ ਹੈ ਲਿੰਕ ਡਿਸਕ੍ਰਿਪਸ਼ਨ ਚ ਇਸ ਪੋਸਟ ਦਾ ਹੈ ਕਾਫੀ ਵੱਡੀ ਪੋਸਟ ਹੈ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਕਾਫੀ ਸਾਰੇ ਪੇजेस ਇਥੇ ਹੈਗੇ ਨੇ ਅਨੈਕਸਰ ਜਿਹੜੇ ਨੇ ਨਾਲ ਉਹਨਾਂ ਨੇ ਕੀਤੇ ਹੋਏ ਨੇ ਅਟੈਚ ਜਿੱਦਾਂ ਕਿ ਤੁਹਾਡੇ ਬ ਡਿਸਕ੍ਰਿਪਸ਼ਨ ਚ ਦੇ ਚੁੱਕਾ ਹਾਂ ਜੀ ਕੋਈ ਵੀ ਡਾਊਟ ਹੋਏਗਾ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ